ਦੋਸਤੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦੋਸਤੋ ਅੱਜ ਪੰਜਾਬ ਮੇਂ ਇੱਕ ਵਾਰ ਫਿਰ ਇਤਿਹਾਸ ਰਚਾ ਜਾ ਰਹਾ ਹੈ ਪਹਿਲੇ ਆਜ ਸੇ ਠੀਕ 8 ਦਿਨ ਪਹਿਲੇ ਵੈਸਟਿਜ਼ ਨੇ ਪੂਰੇ ਵਰਲਡ ਮੇਂ ਇਤਿਹਾਸ ਰਚਾ ਥਾ 138 ਲਗਜ਼ਰੀ ਕਾਰ ਜੋ ਆਪਣੇ ਡਿਸਟ੍ਰੀਬਿਊਟਰ ਕੋ ਦੀ ਥੀ ਲਾਈਕ BMW ਜੈਗਵਾਰ ਓਡੀ ਕਾਫੀ ਰੇਂਜ ਰੋਵਰ ਗਾੜੀਆਂ ਜੋ ਆਪਣੇ ਡਿਸਟ੍ਰੀਬਿਊਟਰ ਕੋ ਦੀ ਥੀ ਇਤਿਹਾਸ ਰਚਨੇ ਕੇ ਬਾਅਦ ਹਮਾਰੇ ਪੰਜਾਬ ਮੇਂ ਬਾਰ ਬਾਰ ਇਤਿਹਾਸ ਰਚਨੇ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਸੈਣੀ ਜੀ ਜਿਨਕੀ 6ਵੀਂ ਕਾਰ ਆਜ ਅੰਮ੍ਰਿਤਸਰ ਆ ਚੁੱਕੀ ਹੈ ਉਹਨੇ ਪਹਿਲੀ ਆਪਣੀ ਲਗਜ਼ਰੀ ਕਾਰ ਓਡੀ ਪੰਜਾਬ ਮੇਂ ਫਸਟ ਟਾਈਮ ਲੈ ਕੇ ਆਏ ਥੇ MLM ਇੰਡਸਟਰੀ ਮੇਂ ਉਸਕੇ ਬਾਅਦ ਜੋ ਉਹਨੇ ਜੈਗਵਾਰ ਗਾੜੀ ਆਪਣੀ ਦੂਸਰੀ ਲਗਜ਼ਰੀ ਗਾੜੀ ਔਰ ਤੀਸਰੀ ਆਪ ਦੇਖ ਸਕਤੇ ਹੋ ਅਭੀ ਰੇਂਜ ਰੋਵਰ ਡਿਸਕਵਰੀ ਬ੍ਰਾਂਡ ਨਿਊ ਅਭੀ ਅੰਮ੍ਰਿਤਸਰ ਮੇਂ ਲੈ ਕੇ ਆਏ ਹੈ ਔਰ ਜੇ ਪੰਜਾਬ ਮੇਂ ਇਹਨੇ ਦੁਬਾਰਾ ਸੇ ਇਤਿਹਾਸ ਰਚਾ ਹੈ ਔਰ ਇਹਨੇ ਆਪਣੀ ਜੇ ਜਰਨੀ ਕੈਸੇ ਸਟਾਰਟ ਕਰੀ ਔਰ ਕਹਾਂ ਤੱਕ ਕੈਸੇ ਪਹੁੰਚੇ ਅਭੀ ਹਮ ਗੁਰਪ੍ਰੀਤ ਸਿੰਘ ਸੈਣੀ ਜੀ ਕੀ ਜ਼ੁਬਾਨੀ ਸੁਣੇਂਗੇ ਔਰ ਉਸਸੇ ਪਹਿਲੇ ਹਮ ਗਾੜੀਆਂ ਦੇਖੇਂਗੇ ਜੋ ਦੋਨੋਂ ਗਾੜੀਆਂ ਇਸ ਟਾਈਮ ਲਗਜ਼ਰੀ ਗਾੜੀਆਂ ਅਭੀ ਆਪ ਦੇਖ ਸਕਤੇ ਹੋ ਪਹਿਲੀ ਲਗਜ਼ਰੀ ਗਾੜੀ ਡਿਸਕਵਰੀ ਔਰ ਇਸਕੇ ਸਾਥ ਹੀ ਔਰ ਦੂਸਰੀ ਦੋਸਤੋ ਜੇ ਆਪ ਦੇਖ ਸਕਤੇ ਹੋ ਜੈਗਵਾਰ ਲਗਜ਼ਰੀ ਗਾੜੀ ਜੋ ਦੋਨੋਂ ਅਭੀ ਤੱਕ ਚਲਾ ਰਹੇ ਹੈ ਗੁਰਪ੍ਰੀਤ ਸਿੰਘ ਸੈਣੀ ਜੀ ਔਰ ਹਮਾਰੀ ਗ੍ਰੇਟ ਅਪਲਾਈਨ ਅਸ਼ੋਕ ਅਰੋੜਾ ਜੀ ਜੋ ਕਿ ਹਮਾਰੇ ਪੰਜਾਬ ਕੇ ਆਨ ਬਾਨ ਸ਼ਾਨ ਹੈ ਉਹ ਵੀ ਹਮਾਰੇ ਸਾਥ ਇਸ ਟਾਈਮ ਮੌਜੂਦ ਹੈ ਔਰ ਅਭੀ ਹਮ ਉਨਸੇ ਸੁਣਨਾ ਚਾਹੇਂਗੇ ਕਿ ਉਹਨਾਂ ਨੇ ਆਪਣੀ ਜਰਨੀ ਇਸਮੇ ਵੈਸਟਿਜ ਮੇਂ ਕੈਸੇ ਸਟਾਰਟ ਕਰੀ ਔਰ ਦੋ ਲਗਜ਼ਰੀ ਗਾੜੀ ਉਹ ਕੈਸੇ ਡਰਾਈਵ ਕਰ ਰਹੇ ਹੈ ਗੁੱਡ ਮਾਰਨਿੰਗ ਕੋਰੀਅਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੈਸਟਿਜ ਗੁੱਡ ਮਾਰਨਿੰਗ ਮਜ਼ਾ ਆ ਰਿਹਾ ਦੋਸਤੋ ਇਸ ਸਿਸਟਮ ਮੇਂ ਜਬ ਕਾਰ ਫੰਡ ਪਤਾ ਲਗਾ ਤੋ ਸੋਚਾ ਥਾ ਕਿ ਅੰਡੋ ਕੀ ਰੇਡੀ ਸੇ ਉੱਠ ਕੇ ਕਭੀ ਕਾਰ ਵੀ ਲੈ ਪਾਉਂਗਾ ਲੇਕਿਨ ਇਸ ਸਿਸਟਮ ਮੇਂ 9ਵੇਂ ਮਹੀਨੇ ਮੇਂ ਪਹਿਲੀ ਕਾਰ ਲਈ ਪੁੰਟੋ ਟੋਪ ਮਾਡਲ 18ਵੇਂ ਮਹੀਨੇ ਮੇਂ ਦੂਸਰੀ ਕਾਰ ਲਈ ਟਾਟਾ ਮਾਨਜ਼ਾ 26ਵੇਂ ਮਹੀਨੇ ਮੇਂ ਤੀਸਰੀ ਕਾਰ ਲਈ ਫਲੂਡੀ ਵਰਨਾ ਔਰ ਫਿਰ ਨੌਰਥ ਫਿਰ ਓਡੀ ਅਚੀਵਰ ਬਣਾ ਪੰਜਾਬ ਕਾ ਸਭਸੇ ਪਹਿਲੇ ਔਰ ਓਡੀ ਚਲਾ ਕੇ ਇਤਨਾ ਮਜ਼ਾ ਆਇਆ ਕਿ ਚਲਾ ਕੇ ਉਸਕੋ ਠੋਕ ਦਿਆ ਔਰ ਠੋਕਨੇ ਕੇ ਬਾਅਦ ਡਰੀਮ ਕਾਰ ਜੈਗੁਆਰ ਇਸ ਸਿਸਟਮ ਸੇ ਲੀ ਔਰ ਨੌਰਥ ਇੰਡੀਆ ਕੀ ਪਹਿਲੀ ਜੈਗੁਆਰ ਆਈ ਔਰ ਅੱਜ ਉਸ ਜੈਗੁਆਰ ਕੇ ਬਾਅਦ ਦੋਸਤੋ ਜੀ ਡਿਸਕਵਰੀ ਸਪੋਰਟ ਲੈਂਡ ਰੋਵਰ ਅਗਰ ਮੇਰੇ ਜੈਸਾ ਇਨਸਾਨ ਅੰਡੋ ਕੀ ਰੇਡੀ ਸੇ ਉੱਠ ਕੇ 7 ਸਾਲ ਮੇਂ ਜੇ 6 ਕਾਰੇ ਲੈ ਸਕਤਾ ਹੈ ਤੋ ਆਪ ਕਿਉਂ ਨਹੀਂ ਦੋਸਤੋ ਆਪ ਵੀ ਕਰ ਸਕਤੇ ਹੋ ਸਿਰਫ ਔਰ ਸਿਰਫ ਆਪਣੇ ਉੱਪਰ ਵਿਸ਼ਵਾਸ ਔਰ ਮੈਨੇਜਮੈਂਟ ਐਸੀ ਮੈਨੇਜਮੈਂਟ ਦੋਸਤੋ ਵੈਸਟਿਜ਼ ਕੋ ਇੱਕ ਐਥੀਕਲ ਵੇ ਸੇ ਕਾਮ ਕਰਕੇ ਆਜ ਵੈਸਟਿਜ਼ ਅਬ ਬੁਲੰਦੀਓ ਪੇ ਪਹੁੰਚ ਚੁੱਕੀ ਆਜ ਵਰਲਡ ਮੇਂ ਆਪਣਾ ਡੰਕਾ ਬਜਾ ਚੁੱਕੀ ਹੈ ਕਿਉਂਕਿ ਵੋ ਮੈਨੇਜਮੈਂਟ ਜਿਨਕੋ ਤਜਰਬਾ ਹੈ ਵੋ ਮੈਨੇਜਮੈਂਟ ਜਿਹਨੇ ਬਿਲੀਅਨਰ ਕੰਪਨੀਓ ਕੋ ਚਲਾਨੇ ਕਾ ਤਜਰਬਾ ਹੈ ਅੱਜ ਉਸੀ ਤਜਰਬੇ ਸਦਕਾ ਅੱਜ ਦੋਸਤੋ ਮੈਂ ਇਸ ਮੁਕਾਮ ਪੇ ਪਹੁੰਚਾ ਤੋ ਮਜ਼ਾ ਆ ਰਿਹਾ ਦੋਸਤੋ ਔਰ ਇਸਸੇ ਵੀ ਜ਼ਿਆਦਾ ਖੁਸ਼ੀ ਮੁਝੇ ਤਬ ਹੋਗੀ ਜਬ ਐਸੀ ਲਗਜ਼ਰੀ ਕਾਰੇ ਯੇ ਮੇਰੀ ਸਾਰੀ ਡਾਊਨਲਾਈਨ ਦੋਸਤੋ ਥੈਂਕਫੁਲ ਹੂੰ ਮੈਨੇਜਮੈਂਟ ਕਾ ਉਸ ਤ੍ਰਿਮੂਰਤੀ ਕਾ ਜਿਨ੍ਹੋਂਨੇ ਯੇ ਸਿਸਟਮ ਬਣਾਇਆ ਔਰ ਇਸ ਸਿਸਟਮ ਕੀ ਵਜ੍ਹਾ ਸੇ ਅੱਜ ਕਿਤਨੇ ਸਾਰੇ ਫੋਰਨ ਟ੍ਰਿਪ ਮੈਂ ਘੁੰਮਾ ਔਰ ਅੱਜ ਇਨ ਗਾੜੀਓਂ ਕਾ ਮਾਲਿਕ ਬਣਾ ਔਰ ਅੱਜ ਇੱਕ ਪ੍ਰੋਪਰਟੀ ਜੋ ਮੈਨੇ ਲੀ ਇਸੀ ਸਿਸਟਮ ਸੇ ਅਗਰ ਮੇਰੇ ਜੈਸਾ ਇਨਸਾਨ ਦੋਸਤੋ ਜੇ ਕਰ ਸਕਤਾ ਹੈ ਤੋ ਆਪ ਵੀ ਕਰ ਸਕਤੇ ਹੋ ਸਿਰਫ ਵਿਸ਼ਵਾਸ ਕਰੋ ਇਸ ਸਿਸਟਮ ਕੇ ਉੱਪਰ ਭਰੋਸਾ ਕਰੋ ਆਪਕੀ ਵੀ ਜੈਗਵਾਰ ਔਰ ਡਿਸਕਵਰੀ ਵੇਟ ਕਰ ਰਹੀ ਹੈ ਥੈਂਕ ਯੂ ਵੈਰੀ ਮੱਚ ਗੁੱਡ ਮਾਰਨਿੰਗ ਫ੍ਰੈਂਡਸ ਆਜ ਅੰਮ੍ਰਿਤਸਰ ਮੇਂ ਪੰਜਾਬ ਮੇਂ ਵੋ ਹਿਸਟਰੀ ਕ੍ਰੀਏਟ ਹੋਈ ਹੈ ਕੋ ਸ਼ਾਇਦ ਆਨੇ ਵਾਲੇ 5 ਸਾਲ ਮੇਂ ਕੋਈ ਵੀ ਇਸੇ ਤੋੜ ਨਹੀਂ ਸਕੇਗਾ ਔਰ ਮੁਝੇ ਯੇ ਵਿਸ਼ਵਾਸ ਹੈ ਕਿ ਇਸ ਹਿਸਟਰੀ ਕੋ ਏਕ ਹੀ ਇਨਸਾਨ ਤੋੜ ਸਕਤਾ ਹੈ ਏਕ ਹੀ ਇਨਸਾਨ ਬਦਲ ਸਕਤਾ ਹੈ ਔਰ ਵੋ ਹੈ ਖੁਦ ਗੁਰਪ੍ਰੀਤ ਸਿੰਘ ਸਾਣੀ ਵਾਰੀਅਰਸ ਮੇਂ ਹਮਨੇ ਪੰਜਾਬੀਓ ਨੇ ਔਰ ਨੌਰਥ ਇੰਡੀਆ ਕੀ ਜੈਗਵਾਰਸ ਨੇ ਸ਼ੁਰੂਆਤ ਕੀ ਥੀ ਔਰ ਬਹੁਤ ਸਾਰੇ ਵਾਰੀਅਰਸ ਨੇ ਉਸਕੇ ਬਾਅਦ ਜੈਗਵਾਰਸ ਲੀ ਹੈ ਤੋ ਉਸਕੇ ਬਾਅਦ ਅਬ ਨਯਾ ਇੱਕ ਨਯਾ ਇਤਿਹਾਸ ਰਚਾ ਜਾ ਰਹਾ ਹੈ ਔਰ ਜੈਗਵਾਰ ਕੇ ਬਾਅਦ ਵੀ
उससे भी एक बेहतरीन गाड़ी हमारे ग्रेट लीडर मिस्टर गुरप्रीत सैनी जी ने आज ही जिसकी इनॉग्रेशन आपके सामने हो रही है और उसके लिए मैं बहुत बहुत कॉन्ग्रेचुलेशन देता हूँ। और मैं ये उम्मीद करता हूँ कि हमारी जितनी भी टीम है सारे पंजाब में और पंजाब से बाहर भी, मैं चाहता हूँ कि जिनके पास अभी तक अपनी लग्जरी कारें नहीं है और जो बहुत अच्छे लेवल पे लीडर काम कर रहे हैं तो एक प्रेरणा स्रोत है मिस्टर गुरप्रीत सैनी जी। इनको देख के मुझे भी उत्साह आता है, इन्होंने जगवार ली तो मैंने भी जगवार ले ली, अब हो सकता है इन्होंने रेंज रोवर लिए तो मेरा भी दिमाग उस तरफ चल रहा है। मेरे लिए ये एक चैलेंज भी होता है और प्रेरणा भी होती है कि इनको देख के मैं सोचता हूँ कि मुझे भी वो चीज करनी चाहिए, अगर ये कर सकते हैं तो मैं भी कर सकता हूँ। मेरे लिए ये एक प्रेरणा है और मुझे बहुत खुशी हुई है कि आज जो अमृतसर में एक और इतिहास रचा जा रहा है हमारी टीम में, और इससे बढ़िया और खुशी का मौका कोई नहीं हो सकता। मैं चाहता हूँ सारे जितने भी लीडर्स हमारे ग्रुप में हैं सभी के पास अपनी ड्रीम कार्स हो और हमारा और पंजाब का नॉर्थ इंडिया का नाम रोशन हो, और जिसमें सबसे आगे नाम होगा मिस्टर गुरप्रीत सैनी जी का। सेलिब्रेशन के लिए हमारे साथ इस टाइम सभी डिस्ट्रीब्यूटर आए हुए हैं, और जे आप जे गुरप्रीत सिंह सैनी जी को जो है सम्मानित करते हुए हमारी ग्रेट अपलाइन अशोक अरोड़ा जी जो हमारे साथ हैं, थैंक यू। और जे आप अमन जी जरा कैमरा इधर लेके आए, जे हम अपने डिस्ट्रीब्यूटर को दिखाना चाहते हैं जो कि सैनी साहब की खुशी को एंजॉय कर रहे हैं, सेलिब्रेशन को एंजॉय कर रहे हैं, उनके कदम कदम पे उनके साथ हैं। एक बार आप इधर दिखाएं रामन जी। थैंक यू विश यू वेल्थ।